ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਦੇਸ਼ ਵਿਆਪੀ ਲੋਕਡਾਊਨ ਚੱਲ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਕਲਿਆਣ ਸਕੀਮਾਂ ਰਾਹੀਂ ਗਰੀਬਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਦੇ ਪ੍ਰਬੰਧ ਕੀਤੇ ਗਏ ਨੇ ਇਹਨਾਂ ਯੋਜਨਾਵਾਂ ਵਿੱਚ ਮਨਰੇਗਾ ਰਾਹੀਂ ਲੋਕਾਂ ਨੂੰ ਰੋਜ਼ਗਾਰ ਦੇ ਉਪਰਾਹੇ ਨਾਲ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਉੱਥੇ ਹੀ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣਿਆ ਹੈ ਮਨਰੇਗਾ ਦੇ ਇਨ ਕਾਮ ਕਰੇ ਲੋਕਾਂ ਨੇ ਇਸ ਉਪਰਾਹੇ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ਰੋਪੜ ਜ਼ਿਲ੍ਹੇ ਦੇ ਪਿੰਡ ਆਲਮਪੁਰ ਦੀ ਪੰਚਾਇਤ ਨੇ ਅੱਜ ਤੋਂ ਬੂਟਿਆਂ ਦੀ ਨੂੰ ਲਗਾਇਆ ਹੈ ਉਹਨਾਂ ਨੂੰ ਇਹ ਹਦਾਇਤ ਵੀ ਦਿੱਤੀ ਗਈ ਹੈ ਕਿ ਉਹ ਬੂਟੇ ਲਗਾਉਂਦੇ ਸਮੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਦੀ ਪਾਲਣਾ ਕਰਨ ਮਨਰੇਗਾ ਦੇ ਲਾਭਪਾਤਰੀ ਜਸबीर ਸਿੰਘ ਨੇ ਕਿਹਾ ਕਿ ਕਰਫਿਊ ਤੋਂ ਪਹਿਲਾਂ ਉਸ ਨੂੰ ਮਨਰੇਗਾ ਦਿਨ ਕੰਮ ਮਿਲ ਰਿਹਾ ਸੀ ਪਰ ਕਰੋਨਾ ਦੀ ਬਿਮਾਰੀ ਕਾਰਨ ਕੰਮ ਮਿਲਣਾ ਬੰਦ ਹੋ ਗਿਆ ਸੀ ਉਸਨੇ ਮਨਰੇਗਾ ਦਿਨ ਮੁੜ ਤੋਂ ਕੰਮ ਮਿਲਣ ਤੇ ਸਰਕਾਰ ਦਾ ਧੰਨਵਾਦ ਕੀਤਾ ਹੈ ਜਦੋਂ ਜਦੋਂ ਤੋਂ ਮਨਰੇਗਾ ਦਾ ਕੰਮ ਚੱਲਿਆ ਉਦੋਂ ਤੋਂ ਅਸੀਂ ਚੱਲ ਰਹੇ ਕਰ ਰਹੇ ਆ ਜਦੋਂ ਹੁਣ ਆ ਮਹਾਮਾਰੀ ਕਰਕੇ ਕੰਮ ਬੰਦ ਹੋਇਆ ਉਦੋਂ ਤੋਂ ਕੰਬੰਦ ਸੀਗਾ ਹੁਣ ਨਵੇਂ ਸਿਰੇ ਤੋਂ ਦੁਬਾਰਾ ਫੇਰ ਸ਼ੁਰੂ ਹੋਇਆ ਅਸੀਂ ਕਰ ਰਹੇ ਆ ਜੀ ਅਸੀਂ ਤਾਂ ਹੀ ਕਹਾਂਗੇ ਜੀ ਵੀ ਅਸੀਂ ਇਹਨਾਂ ਦੇ ਬੂਟਿਆਂ ਦੇ ਨਾਲੇ ਢੋਏ ਪੱਟਦੇ ਰਿਹਾ ਨਾਲੇ ਪਾਣੀ ਪਾ ਰਹੇ ਆ ਜੀ ਔਰ ਇਹਨਾਂ ਦੀ ਸਾਫ ਸਵਾਲ ਕਰ ਰਹੇ ਆ ਅਗਰ ਭਾਈ ਜੀ ਸਾਨੂੰ ਇਹ ਕੰਮ ਮਿਲਿਆ ਅਸੀਂ ਸਰਕਾਰ ਦਾ ਤੇ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਆ ਜੀ ਇਸੇ ਤਰ੍ਹਾਂ ਇੱਕ ਹੋਰ ਲਾਭਪਾਤਰੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਮਨਰੇਗਾ ਦੀਨ ਮੁਰ ਤੋਂ ਕੰਮ ਮਿਲਣ ਤੇ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਏ। ਕੰਮ ਪਹਿਲੇ ਕਰਦੇ ਸੀ। ਤੇ ਹੁਣ ਬਚਨਬੰਦ ਹੋ ਗਿਆ ਸੀ। ਹੁਣ ਜਿਸੀ ਸ਼ੁਰੂਆਤ ਵਾਰਾ ਕੀਤਾ ਇਹ ਬੂਟਿਆਂ ਵਾਸਤੇ। ਦੇ ਬੂਟੇ ਲਗਾਉਂਗੇ, ਪਾਣੀ ਪਾਉਂਗੇ, ਸਾਨੂੰ ਮਨਰੇਗਾ ਦਿਹਾੜੀ ਮਿਲੂਗੀ ਜੀ। ਤਾਂ ਬੂਟੇ ਵਧੀਆ ਹੋਣਗੇ ਜੀ। ਇਸ ਕਰਕੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ। ਪਿੰਡ ਦੇ ਸਰਪੰਚ ਮਨਮੋਹਨ ਸਿੰਘ ਨੇ ਦੱਸਿਆ ਕਿ ਮਨਰੇਗਾ ਦੇ ਅਧੀਨ ਕੰਮ ਕਰਉਣ ਲਈ ਪੰਚਾਇਤ ਕੋਲ 40000 ਰੁਪਏ ਦੀ ਰਕਮ ਮੌਜੂਦ ਸੀ ਪਰ ਮਹਾਮਾਰੀ ਕਾਰਨ ਕੁਝ ਦੇਰ ਲਈ ਕੰਮ ਰੋਕਣਾ ਪਿਆ ਪਰ ਹੁਣ ਸਰਕਾਰ ਦੀ ਹਦਾਇਤਾਂ ਮੁਤਾਬਕ ਮਨਰੇਗਾ ਕਾਮਿਆਂ ਨੂੰ ਮੁੜ ਤੋਂ ਕੰਮ ਤੇ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੰਮ ਕਰਦੇ ਸਮੇਂ ਉਸ ਸਮਾਜਿਕ ਦੂਰੀ ਦੇ ਨਿਯਮ ਨੂੰ ਧਿਆਨ ਵਿੱਚ ਰੱਖਣ ਸਾਰ ਅਸੀਂ ਆਪਣੇ ਪਿੰਡ ਡਰੇਨ ਦਾ ਕੰਮ ਲਗਾਇਆ ਸੀਗਾ ਮਨਰੇਗਾ ਦੇ ਥਰੂ ਸਾਡੇ ਕੋਲ ਲਗਭਗ 40000 ਦਾ ਬਜਟ ਪਿਆ ਸੀਗਾ ਅਸੀਂ ਸਾਡੇ ਪਿੰਡ ਦੇ ਜਿਹੜਾ ਮਨੇਜ ਮਨੇਗਾ ਦੇ ਵਰਕਰ ਆ 40 50 ਜੀ ਅਸੀਂ ਜੀ ਇਹਨਾਂ ਦਾ ਮਾਸਟਰ ਕੁੜਵਾਇਆ ਸੀਗਾ ਤੇ ਜਦੋਂ ਇਹ ਕਰੋਨਾ ਦਾ ਬਿਮਾਰੀ ਆਈ ਸਾਡੇ ਦੇਸ਼ ਵਿੱਚ ਅਸੀਂ ਇਹ ਇਹਨੂੰ ਦੇਖਦੇ ਹੋਏ ਅਸੀਂ ਆਪਣਾ ਪਿੰਡ ਤੋਂ ਮਨੇਗਾ ਦਾ ਕੰਮ ਬੰਦ ਕਰਤਾ ਸੀਗਾ ਸਰਕਾਰ ਦੀਆਂ ਹਦਾਇਤਾਂ ਕਰਕੇ ਜਿਹੜਾ 550 ਬੂਟਾ ਲਗਵਾਇਆ ਅਸੀਂ ਪਿੰਡਾਂ ਵਿੱਚ ਅਸੀਂ ਉਹਨੂੰ ਦੇਖਣ ਦੇ ਵਾਸਤੇ ਜੀ ਇਹ ਦੁਬਾਰਾ ਕੰਮ ਸਟਾਰਟ ਕੀਤਾ ਹੈ ਇਹਨਾਂ ਨੂੰ ਖੌਲੇ ਪਟਾ ਰਹੇ ਹੈ ਜੀ ਇਹਨਾਂ ਨੂੰ ਪਾਣੀ ਪਵਾ ਰਹੇ ਹੈ ਜੀ ਇਹਨਾਂ ਨੂੰ ਜੋ ਕਰੋਨਾ ਦੀਆਂ ਹਦਾਇਤਾਂ ਹੈ ਉਹਨਾਂ ਨੂੰ ਸਾਰੀ ਸਮਝਾ ਚੁੱਕੇ ਹੈ ਜੀ